ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਰਮਨੀਤ ਅਤੇ ਅੱਜ ਮੈਂ ਤੁਹਾਨੂੰ ਲੈ ਕੇ ਆਈ ਹਾਂ ਲਾਈਫ ਸਾਈਡ ਵਿਜ਼ਿਟ 'ਤੇ ਇੱਕ ਬਹੁਤ ਹੀ ਯੂਨੀਕ ਕਨਸੈਪਟ ਦੇ ਨਾਲ 3 BHK 107 ਗਜ਼ ਦਾ ਵਿਲਾ ਲੈ ਕੇ। ਜੇ ਮੈਂ ਲੋਕੇਸ਼ਨ ਦੀ ਗੱਲ ਕਰਾਂ ਤਾਂ ਆਪਾਂ ਅੱਜ ਆਏ ਹਾਂ ਸੈਕਟਰ 123 ਦੇ 200 ਫਿਟ ਰੋਡ ਤੋਂ ਸਿਰਫ 100 ਮੀਟਰ ਅੰਦਰ। ਅਤੇ ਜੇ ਮੈਂ ਹੁਣ ਗੱਲ ਕਰਾਂ ਵਿਲਾ ਦੀ ਤਾਂ ਤੁਸੀਂ ਵਿਲਾ ਦੀ ਐਲੀਵੇਸ਼ਨ ਲੁੱਕ ਦੇਖ ਸਕਦੇ ਹੋ, ਬਹੁਤ ਹੀ ਯੂਨੀਕ ਕਨਸੈਪਟ ਦੇ ਨਾਲ 3 BHK ਲੈ ਕੇ ਆਈ ਹਾਂ। ਆਓ ਤੁਹਾਨੂੰ ਅੰਦਰ ਲੈ ਕੇ ਚੱਲੀਏ। ਸਭ ਤੋਂ ਪਹਿਲਾਂ ਸਟਾਰਟਿੰਗ 'ਤੇ ਹੀ ਤੁਸੀਂ ਗੇਟ ਦੇਖ ਰਹੇ ਹੋ ਜੋ ਆਪਣਾ ਮੇਨ ਗੇਟ ਬਣਿਆ ਹੋਇਆ ਹੈ, ਅਤੇ ਉਹਦੇ ਨਾਲ ਹੀ ਤੁਸੀਂ ਪਾਰਕਿੰਗ ਸਪੇਸ ਦੇਖ ਸਕਦੇ ਹੋ। ਇੱਕ ਵੱਡੀ ਗੱਡੀ ਦੀ ਪਾਰਕਿੰਗ ਸਪੇਸ ਅੱਗੇ ਤੁਹਾਨੂੰ ਦਿੱਤੀ ਹੋਈ ਹੈ। ਜੇ ਮੈਂ ਲੈਫਟ ਹੈਂਡ ਸਾਈਡ ਦੀ ਗੱਲ ਕਰਾਂ ਤਾਂ 2-wheeler ਦੀ ਪਾਰਕਿੰਗ ਤੁਸੀਂ ਬੜੇ ਹੀ ਆਰਾਮ ਨਾਲ ਕਰ ਸਕਦੇ ਹੋ। ਅਤੇ ਇੱਕ 107 ਗਜ਼ ਦੇ ਵਿਲਾ ਦੇ ਵਿੱਚ ਜੋ ਅਸੀਂ ਕਨਸੈਪਟ ਲੈ ਕੇ ਆਏ ਉਹਦੇ ਵਿੱਚ ਇੱਕ ਬਹੁਤ ਹੀ ਯੂਨੀਕ ਕਨਸੈਪਟ ਜੋ ਕਿ ਆਪਾਂ ਅੰਦਰ ਤੁਹਾਨੂੰ ਗ੍ਰੀਨ ਏਰੀਆ ਦੇ ਰਹੇ ਹਾਂ। ਤੁਸੀਂ ਗ੍ਰੀਨ ਏਰੀਆ ਦੇਖ ਸਕਦੇ ਹੋ ਅਤੇ ਤੁਸੀਂ ਗਾਰਡਨਿੰਗ ਕਰ ਸਕਦੇ ਹੋ, ਸ਼ਾਮ ਟਾਈਮ ਬੈਠ ਸਕਦੇ ਹੋ। ਹੁਣ ਆਪਾਂ ਚੱਲਦੇ ਹਾਂ ਅੰਦਰ। ਅੰਦਰ ਅਤੇ ਜੇ ਮੈਂ ਅੰਦਰ ਦੀ ਗੱਲ ਕਰਾਂ, ਤੁਸੀਂ ਪਹਿਲਾਂ ਦੇਖ ਸਕਦੇ ਹੋ ਜੋ ਆਪਣੀ ਮੇਨ ਵਾਲ ਹੈ, ਮੇਨ ਵਾਲ 'ਤੇ ਟਾਈਲ ਵਰਕ ਕੀਤਾ ਹੋਇਆ ਨਾਲ ਆਰਟ ਐਂਡ ਕਰਾਫਟ। ਆਰਟ ਐਂਡ ਕਰਾਫਟ ਦੇ ਨਾਲ ਤੁਸੀਂ ਦੇਖ ਸਕਦੇ ਹੋ ਉੱਪਰ ਫਾਲ ਸੀਲਿੰਗ ਬਹੁਤ ਹੀ ਯੂਨੀਕ ਕਨਸੈਪਟ ਦੇ ਨਾਲ ਕੀਤੀ ਹੋਈ ਹੈ ਵਿੱਚ ਵੁੱਡਵਰਕ ਦੇ ਕੇ। ਹੁਣ ਆਪਾਂ ਚੱਲਦੇ ਹਾਂ ਅੰਦਰ। ਸਭ ਤੋਂ ਪਹਿਲਾਂ ਜੋ ਮੇਨ ਆਪਣਾ ਡੋਰ ਦਿੱਤਾ ਹੋਇਆ ਤੁਸੀਂ ਦੇਖ ਰਹੇ ਹੋ, ਵੁੱਡਵਰਕ ਹੈ ਨਾਲ ਗਲਾਸ ਵਰਕ ਦਿੱਤਾ ਹੋਇਆ। ਜੋ ਇਹਦੀ ਚੌਗਾਟ ਲੱਗੀ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ, ਜੈਪਨੀਜ਼ ਚੌਗਾਟ ਹੈ ਜਿਹਦੇ ਨਾਲ ਤੁਹਾਨੂੰ ਦੀਮਕ ਵਗੈਰਾ ਦੀ ਕੋਈ ਦਿੱਕਤ ਨਹੀਂ ਆਉਂਦੀ। ਹੁਣ ਆਓ ਅੰਦਰ ਚੱਲੀਏ। ਅਤੇ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਅੰਦਰ ਆ ਚੁੱਕੇ ਹਾਂ। ਅਤੇ ਆਪਾਂ ਜੇ ਗੱਲ ਕਰੀਏ ਆਪਣਾ ਇਹ ਡਰਾਇੰਗ ਏਰੀਆ, ਤੁਸੀਂ ਇੱਥੇ 7-seater ਜਾਂ 9-seater ਸੋਫਾ ਸੈੱਟ ਲਗਾ ਸਕਦੇ ਹੋ। ਮੇਨ ਜੋ ਚੀਜ਼ ਹੁੰਦੀ ਹੈ ਆਪਣੀ ਵਿੰਡੋ, ਜਿਹਦੇ ਨਾਲ ਆਪਣੀ ਵੈਂਟੀਲੇਸ਼ਨ ਬਣੀ ਰਹਿੰਦੀ ਹੈ। ਅਤੇ ਤੁਸੀਂ POP ਦੇਖ ਰਹੇ ਹੋ ਕਿੰਨੀ ਹੀ ਖੂਬਸੂਰਤੀ ਨਾਲ POP ਡਿਜ਼ਾਈਨ ਕੀਤੀ ਹੋਈ ਹੈ। ਅਤੇ ਜੇ ਮੈਂ ਫਾਲ ਸੀਲਿੰਗ ਦੀ ਗੱਲ ਕਰਾਂ, ਫਾਲ ਸੀਲਿੰਗ ਤੁਸੀਂ ਦੇਖ ਸਕਦੇ ਹੋ ਵੁੱਡਵਰਕ ਦੇ ਨਾਲ ਕੀਤਾ ਹੋਇਆ ਵਿਦ LED ਲਾਈਟਸ। ਅਤੇ ਜੇ ਆਪਾਂ ਰਾਈਟ ਹੈਂਡ ਸਾਈਡ ਦੀ ਗੱਲ ਕਰੀਏ, ਤੁਹਾਡਾ ਡਾਇਨਿੰਗ ਸਪੇਸ ਆ ਜਾਂਦਾ ਜਿੱਥੇ ਤੁਸੀਂ 4-seater ਅਤੇ 6-seater ਲਗਾ ਸਕਦੇ ਹੋ। ਨਾਲ ਹੀ LED ਪੈਨਲ ਤੁਸੀਂ ਦੇਖ ਰਹੇ ਹੋ, ਬਹੁਤ ਹੀ ਸਟਰੋਂਗ ਵਰਕ ਕੀਤਾ ਹੋਇਆ ਹੈ। ਨਾਲ ਹੀ ਆਪਣਾ ਕਰੋਕਰੀ ਲਈ ਤੁਹਾਨੂੰ ਗਲਾਸ ਸਪੇਸ ਦਿੱਤਾ ਹੋਇਆ ਜਿਹਦੇ ਤੁਸੀਂ ਆਪਣਾ ਕੁਛ ਵੀ ਅਚੀਵਮੈਂਟਸ ਵਗੈਰਾ ਕਰ ਸਕਦੇ ਹੋ ਜਾਂ ਕੁਛ ਵੀ ਐਜ਼ ਅ ਡਿਜ਼ਾਈਨ ਦੇ ਤੌਰ 'ਤੇ ਰੱਖ ਸਕਦੇ ਹੋ। ਹੁਣ ਆਪਾਂ ਚੱਲਦੇ ਹਾਂ ਆਪਣੀ ਕਿਚਨ ਵਾਲੀ ਸਾਈਡ। ਜੇ ਮੈਂ ਕਿਚਨ ਦੀ ਗੱਲ ਕਰਾਂ, ਤੁਸੀਂ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ, ਗ੍ਰੇ ਦੇ ਨਾਲ ਆਫ ਵਾਈਟ ਕੀਤਾ ਹੋਇਆ ਜੋ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਅਤੇ ਨਾਲ ਜੇ ਮੈਂ ਗੱਲ ਕਰਾਂ, ਕਿਚਨ ਆਪਣੀ ਸਾਰੀ ਸੋਫਟ ਕਲੋਜ਼ਰ ਦੇ ਨਾਲ ਰਹੇਗੀ, ਸਿੰਕ ਇਹਦੇ ਸਾਰੇ ਸਾਊਂਡ ਪਰੂਫ ਰਹਿਣਗੇ ਅਤੇ ਸਾਰੀ ਜੈਗਵਾਰ ਦੀ ਆਪਣੀ ਫਿਟਿੰਗ ਰਹੇਗੀ। ਜੇ ਮੈਂ ਗੱਲ ਕਰਾਂ ਵੈਂਟੀਲੇਸ਼ਨ ਦੀ, ਕਿਚਨ ਦੇ ਵਿੱਚ ਵੀ ਆਪਾਂ ਪ੍ਰੋਪਰ ਤੁਹਾਨੂੰ ਵਿੰਡੋ ਦਿੱਤੀ ਹੋਈ ਹੈ ਜਿਹਦੇ ਨਾਲ ਵੈਂਟੀਲੇਸ਼ਨ ਪ੍ਰੋਪਰ ਆ ਰਹੀ ਹੈ। ਹੁਣ ਆਪਾਂ ਚੱਲਦੇ ਹਾਂ ਆਪਣੇ ਫਸਟ ਬੈਡਰੂਮ ਦੇ ਵਿੱਚ, ਜਿਹਨੂੰ ਕਿ ਆਪਾਂ ਮਾਸਟਰ ਬੈਡਰੂਮ ਕਹਿੰਦੇ ਹਾਂ। ਜਿਵੇਂ ਤੁਸੀਂ ਦੇਖ ਰਹੇ ਹੋ, ਬੈੱਡ ਲੱਗਣ ਤੋਂ ਬਾਅਦ ਵੀ ਆਪਣੇ ਕੋਲ ਕਾਫੀ ਸਪੇਸ ਰਹਿ ਰਹੀ ਹੈ। 2x2 ਦੀ ਸਾਰੀ ਟਾਈਲ ਲੱਗੀ ਹੋਈ ਹੈ। ਜੇ ਮੈਂ LED ਪੈਨਲ ਦੀ ਗੱਲ ਕਰਾਂ, ਸੇਮ ਆਪਾਂ ਐਜ਼ ਇਟ ਹੀ ਤੁਹਾਨੂੰ LED ਪੈਨਲ ਦੇ ਰਹੇ ਹਾਂ। ਡਰੈਸਿੰਗ ਇਸ ਸਾਈਡ ਆ ਗਿਆ। ਕਬਰਡਸ ਤੁਸੀਂ ਦੇਖ ਰਹੇ ਹੋ, ਸਲਾਈਡਰ ਡੋਰਸ ਦਿੱਤੇ ਹੋਏ ਆ ਵੋਲ ਟੂ ਵੋਲ। ਜਿਵੇਂ ਤੁਸੀਂ ਦੇਖ ਰਹੇ ਹੋ, ਫਾਲ ਸੀਲਿੰਗ ਵਰਕ ਆਪਾਂ ਪੂਰਾ ਹੈਵੀ ਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਵਿਦ LED ਵਰਕ। ਅਤੇ ਹੁਣ ਆਓ ਚੱਲੀਏ ਆਪਾਂ ਆਪਣੇ ਫਸਟ ਅਟੈਚ ਵਾਸ਼ਰੂਮ ਦੇ ਵਿੱਚ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਲੋਰ ਟਾਈਲ ਆਪਣੀ 1x1 ਦੀ ਲੱਗੀ ਹੋਈ ਹੈ, ਅਤੇ ਜਿਹੜੀ ਵਾਲ ਟਾਈਲ ਹੈ 2x4 ਦੀ ਲੱਗੀ ਹੋਈ ਹੈ। ਅਤੇ ਤੁਸੀਂ ਕਨਸੈਪਟ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਦਾ, ਬਰਾਊਨ ਦੇ ਨਾਲ ਕੀਤਾ ਹੋਇਆ ਆਪਾਂ ਨੇ। ਅਤੇ ਜਿਹੜੀ ਸਾਰੀ ਇਹਦੀ ਫਿਟਿੰਗ ਹੈ ਜੈਗਵਾਰ ਦੀ ਫਿਟਿੰਗ ਰਹੇਗੀ, ਅਤੇ ਤੁਸੀਂ ਵੈਨਿਟੀ ਦੇਖ ਸਕਦੇ ਹੋ ਵਿਦ ਮਿਰਰ ਦੇ ਆਪਾਂ ਨਾਲ ਲਗਾਈ ਹੋਈ ਹੈ। ਬਹੁਤ ਹੀ ਅੱਛਾ ਕਨਸੈਪਟ ਦਿੱਤਾ ਹੋਇਆ ਆਪਾਂ ਨੇ 107 ਗਜ਼ ਦੇ ਵਿੱਚ 3 BHK ਬੈਡਰੂਮ। ਆਓ ਹੁਣ ਆਪਾਂ ਚੱਲਦੇ ਹਾਂ ਨੈਕਸਟ ਬੈਡਰੂਮ ਦੇ ਵਿੱਚ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਆਪਣੇ ਸੈਕਿੰਡ ਬੈਡਰੂਮ ਦੇ ਵਿੱਚ ਆ ਚੁੱਕੇ ਹਾਂ। ਅਤੇ ਕਬਰਡਸ ਜਿਵੇਂ ਕਮਾਂ ਆਪਾਂ ਤੁਹਾਨੂੰ ਸਲਾਈਡਰ ਡੋਰਸ ਦੇ ਰਹੇ ਹਾਂ, ਵੋਲ ਟੂ ਵੋਲ ਕਬਰਡਸ ਰਹਿਣਗੀਆਂ ਤੁਹਾਡੀਆਂ, ਨਾਲ ਵਾਲਪੇਪਰ ਰਹੇਗਾ ਤੁਹਾਡੀ ਆਪਣੀ ਚੋਇਸ ਦਾ, ਅਤੇ ਨਾਲ ਹੀ ਡਰੈਸਿੰਗ ਰਹੇਗਾ ਅਤੇ LED ਪੈਨਲ ਵੀ ਤੁਸੀਂ ਦੇਖ ਸਕਦੇ ਹੋ। ਅਤੇ ਜੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਇਹਦੇ ਵਿੱਚ ਤੁਹਾਡੇ ਕਲਰ ਕੰਬੀਨੇਸ਼ਨ ਤੁਹਾਡੀ ਆਪਣੀ ਚੋਇਸ ਦੇ ਹੋ ਸਕਦੇ ਨੇ, ਜਿਵੇਂ ਵਾਲਪੇਪਰ ਹੋ ਗਏ, ਕਬਰਡ ਦੇ ਸਰਮਾਈਕੇ ਦੇ ਹੋ ਗਏ, ਡਰੈਸਿੰਗ ਅਤੇ LED ਪੈਨਲ ਦਾ ਹੋ ਗਿਆ। ਅਤੇ ਆਓ ਹੁਣ ਆਪਾਂ ਚੱਲਦੇ ਹਾਂ ਦੂਸਰੇ ਅਟੈਚ ਵਾਸ਼ਰੂਮ ਦੇ ਵਿੱਚ। ਸੇਮ ਜਿਵੇਂ ਆਪਾਂ ਪਹਿਲਾਂ ਵਾਸ਼ਰੂਮ ਦੇਖਿਆ ਉਹਦੇ ਨਾਲੋਂ ਇਹਦੇ ਵਿੱਚ ਸਿਰਫ ਕਲਰ ਕੰਬੀਨੇਸ਼ਨ ਦਾ ਫਰਕ ਹੈ। ਉਹਦੇ ਵਿੱਚ ਬਰਾਊਨ ਸੀ, ਇਹਦੇ ਵਿੱਚ ਆਪਾਂ ਗ੍ਰੇ ਤੁਹਾਨੂੰ ਕਨਸੈਪਟ ਦੇ ਨਾਲ ਦਿੱਤਾ ਹੋਇਆ। ਸਾਰੀ ਫਿਟਿੰਗ ਸੇਮ ਜੈਗਵਾਰ ਦੇ ਨਾਲ ਰਹੇਗੀ। ਅਤੇ ਤੁਸੀਂ ਆਪਣੀ ਟਾਈਲ ਵਰਕ ਦੇਖ ਸਕਦੇ ਹੋ, 2x4 ਦੀ ਟਾਈਲ ਵਰਕ ਆਪਾਂ ਯੂਜ਼ ਕੀਤੀ ਵੀ ਆ, ਅਤੇ ਵਿਦ ਵੈਨਿਟੀ। ਅਤੇ ਤੁਸੀਂ ਕਲਰ ਕੰਬੀਨੇਸ਼ਨ ਤਾਂ ਦੇਖ ਹੀ ਸਕਦੇ ਹੋ। ਅਤੇ ਆਪਾਂ ਵੈਂਟੀਲੇਸ਼ਨ ਦੇ ਲਈ ਤੁਹਾਨੂੰ ਵਿੰਡੋ ਪ੍ਰੋਵੀਜ਼ਨ ਦਿੱਤੀ ਹੋਈ ਆ। ਅਤੇ ਹੁਣ ਆਪਾਂ ਚੱਲਦੇ ਹਾਂ ਘਰ ਦੇ ਸਭ ਤੋਂ ਮੇਨ ਪਾਰਟ, ਜਿਹਨੂੰ ਕਿ ਆਪਾਂ ਵਾਸ਼ਿੰਗ ਏਰੀਆ ਕਹਿ ਦਿੰਦੇ ਹਾਂ। ਤੁਸੀਂ ਦੇਖ ਰਹੇ ਹੋ ਆਪਣਾ ਵਾਸ਼ਿੰਗ ਏਰੀਆ ਦਾ ਸਪੇਸ, ਅਤੇ ਆਪਾਂ ਤੁਹਾਨੂੰ ਪਿੱਛੇ ਟੈਪਸ ਵਗੈਰਾ ਲਗਾ ਕੇ ਦੇ ਰਹੇ ਹਾਂ, ਪ੍ਰੋਵੀਜ਼ਨ ਦੇ ਰਹੇ ਹਾਂ। ਅਤੇ ਆਪਾਂ ਜੇ ਦੇਖੀਏ, ਮਸ਼ੀਨ ਲੱਗਣ ਤੋਂ ਬਾਅਦ ਵੀ ਆਪਣੀ ਕਾਫੀ ਸਪੇਸ ਰਹਿ ਰਹੀ ਆ।
ਤੇ ਵੈਂਟੀਲੇਸ਼ਨ ਦੇ ਲਈ ਤੁਹਾਨੂੰ ਪ੍ਰੋਪਰ ਉਪਰੋਂ ਆਪਾਂ ਓਪਨ ਦੇ ਰਹੇ ਹਾਂ। ਫਿਰ ਤੋਂ ਮਿਸ ਹੋ ਚੁੱਕੀ ਹੈ ਰੂਮ ਦੀ, ਤੁਸੀਂ ਫਾਲ ਸੀਲਿੰਗ ਦੇਖ ਰਹੇ ਹੋ ਪ੍ਰੋਪਰ। ਆਪਾਂ ਸੈਕਿੰਡ ਬੈਡਰੂਮ ਦੇ ਵਿੱਚ ਵੀ ਤੁਹਾਨੂੰ ਹੈਵੀ ਵਾਲੀ ਫਾਲ ਸੀਲਿੰਗ ਦੇਖ ਰਹੇ ਹਾਂ ਵਿਦ ਵੁੱਡ ਵਰਕ ਤੇ ਐਲਈਡੀ ਵਰਕ ਦੇ ਨਾਲ। ਆਓ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਪਣੇ ਫਸਟ ਫਲੋਰ ਤੇ। ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੀ ਰੇਲਿੰਗ ਲੱਗੀ ਹੋਈ ਹੈ, ਐਸਐਸ ਸਟੀਲ ਦੀ ਰੇਲਿੰਗ ਲੱਗੀ ਹੋਈ ਹੈ ਪ੍ਰੋਪਰ। ਤੇ ਆਓ ਹੁਣ ਆਪਾਂ ਚੱਲਦੇ ਹਾਂ ਉੱਪਰ। ਤੁਸੀਂ ਦੇਖ ਰਹੇ ਹੋ ਆਪਾਂ ਆ ਚੁੱਕੇ ਆਪਣੇ ਫਸਟ ਫਲੋਰ ਤੇ। ਤੇ ਫਸਟ ਫਲੋਰ ਤੇ ਜੇ ਮੈਂ ਗੱਲ ਕਰਾਂ, ਤੁਸੀਂ ਆਪਣੀ ਬਾਲਕਨੀ ਦੇਖ ਸਕਦੇ ਹੋ, ਗਲਾਸ ਵਰਕ ਦੇ ਨਾਲ ਐਸਐਸ ਸਟੀਲ ਦਾ ਵਰਕ ਕੀਤਾ ਹੋਇਆ ਆਪਾਂ ਨੇ। ਤੇ ਜੇ ਮੈਂ ਗੱਲ ਕਰਾਂ, ਆਪਾਂ ਸ਼ਾਮ ਦਾ ਵਿਊ ਲੈ ਸਕਦੇ ਹਾਂ ਇੱਥੇ ਬੈਠ ਕੇ ਆਪਣੀ ਫੈਮਿਲੀ ਦੇ ਨਾਲ। ਤੇ ਤੁਸੀਂ ਜੇ ਦੇਖ ਸਕਦੇ ਹੋ ਜਿਹੜੀ ਆਪਣੀ ਫਰੰਟ ਵਾਲ ਕੀਤੀ ਹੋਈ ਆ ਉਹ ਪ੍ਰੋਪਰ ਟਾਈਲ ਵਰਕ ਦੇ ਨਾਲ ਦਿੱਤੀ ਹੋਈ ਆ। ਬਟ ਜੋ ਇਹ ਵਰਕ ਤੁਹਾਨੂੰ ਲੱਗ ਰਿਹਾ ਹੋਊਗਾ ਉਹ ਵੁੱਡ ਵਰਕ ਲੱਗ ਰਿਹਾ ਹੈ। ਤੇ ਜੇ ਮੈਂ ਫਾਲ ਸੀਲਿੰਗ ਦੀ ਗੱਲ ਕਰਾਂ, ਤੁਸੀਂ ਦੇਖ ਸਕਦੇ ਹੋ ਫਾਲ ਸੀਲਿੰਗ ਦੇ ਵਿੱਚ ਆਪਾਂ ਤੁਹਾਨੂੰ ਪ੍ਰੋਪਰ ਵੁਡਨ ਵਰਕ ਦਿੱਤਾ ਹੋਇਆ ਵਿਦ ਐਲਈਡੀ ਲਾਈਟਸ। ਤੇ ਆਓ ਹੁਣ ਆਪਾਂ ਚੱਲਦੇ ਹਾਂ ਅੰਦਰ। ਜਿਵੇਂ ਕਿ ਤੁਸੀਂ ਆਪਣਾ ਦੇਖ ਸਕਦੇ ਹੋ, ਆਪਾਂ ਇਹਨੂੰ ਡਰਾਇੰਗ ਏਰੀਆ ਬਣਾ ਸਕਦੇ ਹਾਂ। ਤੇ ਨਾਲ ਹੀ ਤੁਸੀਂ ਫਾਲ ਸੀਲਿੰਗ ਦੇਖ ਸਕਦੇ ਹੋ, ਉੱਪਰ ਪ੍ਰੋਪਰ ਵੁੱਡ ਵਰਕ ਦਿੱਤਾ ਹੋਇਆ ਫਾਲ ਸੀਲਿੰਗ ਦੇ ਨਾਲ। ਤੇ ਜੇ ਮੈਂ ਗੱਲ ਕਰਾਂ, ਆਪਾਂ ਇੱਥੇ ਛੋਟਾ ਜਾਂ ਮਿੰਨੀ ਕਿਚਨ ਬਣਾ ਸਕਦੇ ਹਾਂ। ਆਪਾਂ ਪ੍ਰੋਵੀਜ਼ਨ ਤੁਹਾਨੂੰ ਦਿੱਤਾ ਹੋਇਆ, ਜੇ ਇਨ ਫਿਊਚਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ। ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਆਪਣੇ ਥਰਡ ਬੈਡਰੂਮ ਦੇ ਵਿੱਚ। ਇੱਕ ਤੁਹਾਨੂੰ ਮੈਂ ਹੋਰ ਚੀਜ਼ ਦੱਸਾਂ, ਜੋ ਮੈਂ ਯੂਨੀਕ ਕਨਸੈਪਟ ਕਹਿ ਰਹੀ ਹਾਂ ਤੁਹਾਨੂੰ, ਉਹ ਵਰਕ ਹੈ ਆਪਣਾ ਮੇਨ ਡੋਰ ਦਾ, ਜਿਹੜਾ ਕਿ ਤੁਸੀਂ ਦੇਖ ਰਹੇ ਹੋ ਸਲਾਈਡਰ ਡੋਰ ਆਪਾਂ ਤੁਹਾਨੂੰ ਦੇ ਰਹੇ ਹਾਂ। ਇਹ ਤੁਸੀਂ ਅੱਜ ਤੱਕ ਕਿਸੇ ਵੀ 3BHK 107 ਗਜ਼ ਦੇ ਵਿੱਚ ਨਹੀਂ ਦੇਖਿਆ ਹੋਊਗਾ। ਤੇ ਜੇ ਮੈਂ ਗੱਲ ਕਰਾਂ ਰੂਮ ਦੇ ਸਪੇਸ ਦੇ, ਤੁਸੀਂ ਦੇਖ ਸਕਦੇ ਹੋ ਵਾਲਪੇਪਰ, ਠੀਕ ਹੈ, ਆਪਣਾ ਡਰੈਸਿੰਗ ਹੋ ਗਿਆ, ਐਲਈਡੀ ਪੈਨਲ ਹੋ ਗਿਆ। ਤੁਸੀਂ ਤਿੰਨਾਂ ਦਾ ਕਲਰ ਕੰਬੀਨੇਸ਼ਨ ਵੀ ਦੇਖ ਸਕਦੇ ਹੋ, ਤੇ ਇਹ ਵੀ ਤੁਹਾਡੀ ਚੋਇਸ ਦੇ ਲੱਗ ਸਕਦੇ ਹਨ ਜੇ ਤੁਸੀਂ ਚਾਹੁੰਦੇ ਹੋ ਤਾਂ। ਤੇ ਜੇ ਮੈਂ ਗੱਲ ਕਰਾਂ ਵਿੰਡੋ ਦੀ, ਇੱਕ ਵਿੰਡੋ ਆਪਾਂ ਨੂੰ ਤਾਂ ਚਾਹੀਦੀ ਹੁੰਦੀ ਤਾਂ ਕਿ ਆਪਣੇ ਪ੍ਰੋਪਰ ਰੂਮ ਦੇ ਵਿੱਚ ਵੈਂਟੀਲੇਸ਼ਨ ਬਣੀ ਰਹੇ। ਤੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਵਿੰਡੋ ਆਪਾਂ ਦਿੱਤੀ ਹੋਈ ਹੈ ਤੁਹਾਨੂੰ। ਤੇ ਜੇ ਮੈਂ ਗੱਲ ਕਰਾਂ ਫਾਲ ਸੀਲਿੰਗ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਥਰਡ ਬੈਡਰੂਮ ਦੇ ਵਿੱਚ ਵੀ ਆਪਾਂ ਤੁਹਾਨੂੰ ਫਾਲ ਸੀਲਿੰਗ ਦਿੱਤੀ ਹੋਈ ਆ ਪ੍ਰੋਪਰ ਹੈਵੀ ਵਰਕ ਦੇ ਨਾਲ ਵਿਦ ਐਲਈਡੀ ਲਾਈਟਸ। ਤੇ ਜੇ ਮੈਂ ਹੁਣ ਗੱਲ ਕਰਾਂ ਆਪਣੇ ਕਵਰਸ ਦੀ, ਤੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਹਾਈ ਤੱਕ ਤੁਹਾਡੀ ਕਵਰ ਜਿੱਤੀਆਂ ਹੋਈਆਂ ਨੇ। ਤੇ ਹੁਣ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਆਪਣੇ ਥਰਡ ਅਟੈਚਡ ਵਾਸ਼ਰੂਮ ਦੀ, ਜਿਹਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਸਾਰੇ ਜੈਗੁਆਰ ਦੀ ਫਿਟਿੰਗ ਕੀਤੀ ਹੋਈ ਹੈ। ਜਿਹੜਾ ਤੁਸੀਂ ਇੱਥੇ ਦਾ ਵੀ ਕਨਸੈਪਟ ਦੇਖ ਰਹੇ ਹੋ ਟਾਈਲ ਵਰਕ, ਉਹ ਪ੍ਰੋਪਰ ਤੁਹਾਡੇ ਕਵਰਸ ਐਲਈਡੀ ਪੈਨਲ ਦੇ ਨਾਲ ਪ੍ਰੋਪਰ ਕੰਬੀਨੇਸ਼ਨ ਕਰਕੇ ਕੀਤਾ ਹੋਇਆ। ਤੇ ਇਹ ਤੁਸੀਂ ਆਪਣੀ ਚੋਇਸ ਦਾ ਵੀ ਕਰਵਾ ਸਕਦੇ ਹੋ ਸਾਡੇ ਤੋਂ। ਤੇ ਹੁਣ ਆਪਾਂ ਲੈ ਕੇ ਚੱਲਦੇ ਆਪਣੇ ਘਰ ਦੇ ਸਭ ਤੋਂ ਮੇਨ ਪਾਰਟ ਦੇ ਵਿੱਚ, ਜਿਹਨੂੰ ਕਿ ਆਪਾਂ ਪੰਜਾਬੀਆਂ ਦੇ ਵਿੱਚ ਕਹਿ ਦਿੰਦੇ ਹਾਂ ਵਿਹੜਾ, ਜਿਹਨੂੰ ਤੁਸੀਂ ਕਹਿ ਸਕਦੇ ਹੋ ਟੈਰਸ ਜਾਂ ਆਪਣੀ ਓਪਨ ਰੂਫ। ਆਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲੀਏ। ਤੇ ਹੁਣ ਆਪਾਂ ਆ ਚੁੱਕੇ ਆਪਣੇ ਟੈਰਸ ਤੇ। ਤੇ ਤੁਸੀਂ ਦੇਖ ਸਕਦੇ ਹੋ ਰਾਈਟ ਹੈਂਡ ਸਾਈਡ ਤੇ ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਵਾਸ਼ਿੰਗ ਏਰੀਆ ਦਾ ਸਪੇਸ ਦਿੱਤਾ ਹੋਇਆ ਪ੍ਰੋਵੀਜ਼ਨ ਕਰਕੇ। ਤੇ ਤੁਸੀਂ ਓਪਨ ਜੇ ਦੇਖ ਸਕਦੇ ਹੋ ਆਪਣਾ ਪ੍ਰੋਪਰ ਹੈ। ਤੇ ਜੇ ਮੈਂ ਗੱਲ ਕਰਾਂ ਇਨ ਫਿਊਚਰ ਦੀ, ਇਨ ਫਿਊਚਰ ਇਸ ਟਾਈਮ ਜੋ ਆਪਣਾ ਮੈਪ ਪਾਸ ਹੈ ਉਹ 1.5 ਸਟੋਰੀ ਪਾਸ ਹੈ। ਤੇ ਤੁਸੀਂ ਇਨ ਫਿਊਚਰ ਮੈਪ ਪਾਸ ਕਰਵਾ ਕੇ ਕਮੇਟੀ ਤੋਂ ਉੱਪਰ ਰੂਮ ਜਾਂ ਸਟੋਰ ਰੂਮ ਕੁਛ ਵੀ ਆਪਣਾ ਬਣਾ ਸਕਦੇ ਹੋ। ਤੇ ਜੇ ਮੈਂ ਗੱਲ ਕਰਾਂ ਤੁਸੀਂ ਇਨ ਫਿਊਚਰ ਛੋਟੀਆਂ ਮੋਟੀਆਂ ਜਿਵੇਂ ਆਪਣੀ ਪਾਰਟੀਜ਼ ਹੁੰਦੀਆਂ ਰਹਿੰਦੀਆਂ ਨੇ, ਤੁਸੀਂ ਪਾਰਟੀਜ਼ ਦੀ ਗੈਦਰਿੰਗ ਵੀ ਉੱਪਰ ਕਰ ਸਕਦੇ ਹੋ। ਹੋਪ ਸੋ ਤੁਹਾਨੂੰ ਆਪਣਾ ਇਹ ਕਨਸੈਪਟ ਅੱਛਾ ਲੱਗਿਆ ਹੋਊਗਾ। 107 ਗਜ਼ ਦੇ ਵਿੱਚ 3BHK ਬੈਡਰੂਮ ਦਾ ਕਨਸੈਪਟ ਬਹੁਤ ਹੀ ਯੂਨੀਕ ਕਨਸੈਪਟ ਹੈ। ਫਰੰਟ ਐਲੀਵੇਸ਼ਨ ਤੁਸੀਂ ਦੇਖ ਹੀ ਚੁੱਕੇ ਹੋ ਪਹਿਲਾਂ। ਤੇ ਜੇ ਤੁਹਾਨੂੰ ਆਪਣੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਤੁਸੀਂ ਲਾਈਕ ਐਂਡ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ।